ਕਪੂਰ ਖਾਨਦਾਨ ਦੀ ਵਿਰਾਸਤ ਦੇ ਕਲ ਟੁਕੜੇ ਟੁਕੜੇ ਕਰ ਦਿੱਤੇ ਗਏ ਹੈ। ਮੁੰਬਈ ਦੇ ਚੰਬੂਰ ਵਿੱਚ ਸਥਿਤ ਆਰਕੇ ਸਟੂਡੀਓ ਮਹਿਜ਼ ਹੁਣ ਕਾਗਜ਼ਾਂ ਵਿੱਚ ਹੀ ਸੀਮਿਤ ਰਹਿ ਗਿਆ। ਆਰਕੇ ਸਟੂਡੀਓ ਨੂੰ ਕੱਲ੍ਹ ਯਾਨੀ 9 ਅਗਸਤ ਸ਼ੁੱਕਰਵਾਰ ਨੂੰ ਡਿਮੋਲਿਸ਼ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਹੁਣ ਇਸ ਪ੍ਰਾਪਰਟੀ ਨੂੰ ਰੀਅਲ ਅਸਟੇਟ ਦੇ ਦਿੱਗਜ ਗੋਦਰੇਜ ਨੇ ਖਰੀਦ ਲਿਆ ਹੈ। ਆਰਕੇ ਸਟੂਡੀਓ ਦਾ ਨਿਰਮਾਣ ਸੰਨ 1948 ਵਿੱਚ ਹੋਇਆ ਸੀ ਤੇ ਇਸ ਨੂੰ ਮਹਾਨ ਐਕਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ਰਾਜ ਕਪੂਰ ਨੇ ਬਣਵਾਇਆ ਸੀ। ਸਾਲ 2017 ਵਿੱਚ ਇਸ ਸਟੂਡੀਓ ਵਿੱਚ ਅੱਗ ਲੱਗ ਗਈ ਸੀ ਤੇ ਉਦੋਂ ਤੋਂ ਹੀ ਕਪੂਰ ਫੈਮਿਲੀ ਇਸ ਨੂੰ ਵੇਚਣ ਦਾ ਮਨ ਬਣਾ ਰਹੀ ਸੀ। ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਦਾ ਕਹਿਣਾ ਹੈ ਕਿ ਕਰੀਬ 2.2 ਏਕੜ ਵਿੱਚ ਫੈਲੀ ਹੋਈ ਇਸ ਪ੍ਰਾਪਰਟੀ ਦੀ ਮੇਨਟੇਨੈਂਸ ਕੋਸਟ ਬਹੁਤ ਜ਼ਿਆਦਾ ਹੈ, ਇਸ ਲਈ ਅਸੀਂ ਸਾਰੀ ਫੈਮਿਲੀ ਨੇ ਮਨ ਬਣਾਇਆ ਹੈ ਕਿ ਇਸ ਨੂੰ ਵੇਚ ਦਿੱਤਾ ਜਾਵੇ। ਇਸ ਆਈਕੋਨਿਕ ਸਟੂਡੀਓ ਦੇ ਡਿਮੋਲਿਸ਼ ਹੋਣ ਨਾਲ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਦਿਲ ਭਰ ਆਇਆ। ਰਾਜ ਕਪੂਰ ਦੇ ਬੋਲ ਸਾਰੀ ਫਿਲਮ ਇੰਡਸਟਰੀ ਨੂੰ ਅੱਜ ਯਾਦ ਆ ਗਏ ਹੋਣਗੇ ਕਿ ਡਿੱਗਣਾ ਤੇ ਉੱਠਣਾ ਤੇ ਜ਼ਿੰਦਗੀ ਦਾ ਖੇਡ ਹੁੰਦਾ ਹੈ, ਬਟ ਦ ਸ਼ੋ ਮਸਟ ਗੋ ਔਨ। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਇਅਰਸ ਓਲਡ। ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ ਜੁਆਇਨ ਕਰਨੇ ਸੇ ਪਹਿਲੇ ਆਈ ਵਾਸ ਵੇਇੰਗ ਅਰਾਊਂਡ 106 kgs। ਆਫਟਰ ਜੁਆਇਨਿੰਗ ਬੋਡੀਫੈਬ ਆਈ ਹੈਵ ਸੀਨ ਅ ਡਰਾਸਟਿਕ ਚੇਂਜ to slash down my weight to 85 kgs to lead a very healthy and active lifestyle. Right decision and join BodyFab Medical Weight Loss Clinic.